ਤ ਵਡੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਹੈ ਪੰਜਾਬ ਸਰਕਾਰ ਦੇ ਵੱਲੋਂ ਆਮ ਲੋਕਾਂ ਦੀ ਸਹੂਲਤ ਦੇ ਲਈ ਵੱਡਾ ਫੈਸਲਾ ਲਿਆ ਗਿਆ ਇਸ ਫੈਸਲੇ ਦੇ ਵਿੱਚ ਸਰਕਾਰ ਜਿਹੜਾ ਤੁਹਾਡੇ ਘਰ ਆ ਕੇ ਕੰਮ ਕਰੇਗੀ ਯਾਨੀ ਕਿ ਸਰਕਾਰੀ ਅਧਿਕਾਰੀ ਤੁਹਾਡੇ ਘਰ ਆ ਕੇ ਜ਼ਰੂਰੀ ਸਰਟੀਫਿਕੇਟ ਬਣਾਣਗੇ 43 ਜ਼ਰੂਰੀ ਸਰਟੀਫਿਕੇਟ ਬਣਵਾਉਣ ਦੇ ਲਈ ਆਮ ਲੋਕਾਂ ਨੂੰ ਜਿਹੜਾ ਹੈ ਖੱਜਲ ਖਵਾਰ ਹੋਣਾ ਨਹੀਂ ਪਵੇਗਾ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਇਸ ਬਾਬਤ ਸਰਕਾਰ ਦੇ ਵੱਲੋਂ ਇੱਕ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਸਰਕਾਰੀ ਕਰਮਚਾਰੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਸ ਗੱਲਬਾਤ ਤੋਂ ਬਾਅਦ ਸਰਕਾਰੀ ਕਰਮਚਾਰੀ ਜਿਹੜਾ ਹੈ ਉਹ ਤੁਹਾਨੂੰ ਜਾਣਕਾਰੀ ਦੇ ਦੇਵੇਗਾ ਕਿ ਉਸ ਕੋਲ ਕਦੋਂ ਟਾਈਮ ਹੋਵੇਗਾ ਤੇ ਉਸ ਤੋਂ ਬਾਅਦ ਉਹ ਤੁਹਾਡੇ ਘਰ ਆ ਕੇ ਜ਼ਰੂਰੀ ਸਰਟੀਫਿਕੇਟ ਬਣਾ ਦਵੇਗਾ ਦੱਸਦੀ ਹੈ ਕਿ ਸੀਐਮ ਮਾਨ ਦੀ ਇਸ ਸਕੀਮ ਹੈ ਸਰਕਾਰ ਤੁਹਾਡੇ ਦਵਾਰ ਫਾਇਦਾ ਦਸੇਗੀ ਤੇ ਨਾਲ ਹੀ ਦੱਸਦੀ ਹੈ ਤਰਤੀ ਸਰਟੀਫਿਕੇਟ ਸੀਐਮ ਮਾਨ ਵੱਲੋਂ ਦਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਉਹ ਇਹ ਆਮਦਨੀ ਸਰਟੀਫਿਕੇਟ ਜਨਮ ਸਰਟੀਫਿਕੇਟ ਮ੍ਰਿਤਯੂ ਸਰਟੀਫਿਕੇਟ ਹੋ ਗਿਆ ਤੇ ਰਿਹائش ਦਾ ਸਰਟੀਫਿਕੇਟ ਜਾਤੀ ਦਾ ਸਰਟੀਫਿਕੇਟ ਪੈਨਸ਼ਨ ਸਰਟੀਫਿਕੇਟ ਸਿਹਤ 43 ਹੋਰ ਜਿਹੜੇ ਅਹਿਮ ਸਰਟੀਫਿਕੇਟ ਨੇ ਚਾਹੇ ਉਹ ਬੱਚੇ ਦੀ ਪੜ੍ਹਾਈ ਵਿੱਚ ਹੋਵੇ ਚਾਹੇ ਅਸੀਂ ਸਰਕਾਰੀ ਨੌਕਰੀ ਲੈਣੀ ਹੋਵੇ ਜਾਂ ਫਿਰ ਕੋਈ ਪ੍ਰਾਪਰਟੀ ਦਾ ਕੰਮ ਕਰਨਾ ਹੋਵੇ ਉਸ ਦੇ ਵਿੱਚ ਇਹ 43 ਸਰਟੀਫਿਕੇਟ ਕੰਮ ਆਂਦੇ ਨੇ ਤੇ ਇਹਨਾਂ ਸਰਟੀਫਿਕੇਟਾਂ ਨੂੰ ਲੈ ਕੇ ਜਿਹੜਾ ਸਰਕਾਰ ਦੇ ਵੱਲੋਂ ਹੁਣ ਫੈਸਲਾ ਲਿਆ ਗਿਆ 43 ਸਰਟੀਫਿਕੇਟ ਜਿਹੜੇ ਨੇ ਉਹ ਬਣਾਏ ਜਾਣੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਇੱਕ ਫੋਨ ਨੰਬਰ जारी ਕਰ ਦਿੱਤਾ ਗਿਆ ਇਸ ਫੋਨ ਨੰਬਰ ਦੇ ਵਿੱਚ 1076 ਨੂੰ ਡਾਇਲ ਕਰਕੇ ਤੁਸੀਂ ਸਰਕਾਰੀ ਅਧਿਕਾਰੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਅਧਿਕਾਰੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਵੇਗਾ ਤੇ ਨਾਲ ਹੀ ਅਧਿਕਾਰੀ ਤੁਹਾਡੇ ਘਰ ਆ ਕੇ ਫਾਰਮ ਫਿਲ ਕਰੇਗਾ ਤੇ ਸਾਰੀ ਡਿਟੇਲਸ ਤੁਹਾਨੂੰ ਦੱਸ ਦਵੇਗਾ ਤੇ ਸਰਕਾਰ ਤੁਹਾਡੇ ਦਰਵਾਜ਼ੇ ਆ ਕੇ ਸਾਰਾ ਕੁਝ ਕੰਮਕਾਜ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਕਿਸੇ ਵੀ ਵਿਅਕਤੀ ਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਹੈ ਸਰਕਾਰ ਤੁਹਾਡੇ ਘਰਾਂ ਦੇ ਵਿੱਚ ਆ ਕਿ ਇਹ ਸਾਰੇ ਕੰਮ ਕਰਵਾਏਗੀ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਸਰਕਾਰੀ ਕਰਮਚਾਰੀਏ ਉਨਾ ਨੂੰ ਟਾਈਮ ਦੇਵੇਗਾ ਤੇ ਉਸ ਤੋਂ ਬਾਅਦ ਸਾਰਾ ਕੰਮਕਾਜ ਕਰੇਗਾ ਤੇ ਨਾਲ ਦੱਸਦੀ ਹੈ ਟਾਈਮ ਮੈਨੇਜਮੈਂਟ ਵੀ ਪ੍ਰੋਪਰਲੀ ਹੋਵੇਗਾ ਤੇ ਨਾਲ ਸੀਐਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਅਧਿਕਾਰੀ ਤੁਹਾਡੇ ਘਰ ਆ ਕੇ ਰਿਸ਼ਵਤ ਮੰਗੇਗਾ ਕੰਮ ਨੂੰ ਲੈ ਕੇ ਤਾਂ ਉਸ ਦੀ ਸ਼ਿਕਾਇਤ ਵੀ ਬਕਾਇਦਾ ਇਸ ਨੰਬਰ ਤੇ ਤੁਸੀਂ ਦਰਜ ਕਰਵਾ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਹੈ ਸੀਐਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਜਦੋਂ ਤੁਸੀਂ ਨੰਬਰ ਤੇ ਉੱਪਰ ਡਾਇਲ ਕਰੋਗੇ 1076 ਦੇ ਉੱਪਰ ਤਾਂ ਜਿਹੜਾ ਰਜਿਸਟਰਡ ਨੰਬਰ ਹੋਵੇਗਾ ਮੋਬਾਈਲ ਦਾ ਤਾਂ ਉਸ ਦੇ ਉੱਪਰ ਐਸਐਮਐਸ ਦੇ ਰਾਹੀਂ ਜਾਣਕਾਰੀ ਵੀ ਮਿਲੇਗੀ ਜਿਸ ਦੇ ਨਾਲ ਆਮ ਲੋਕ ਜਿਹੜੇ ਹੈ ਖੱਜਲ ਖਵਾਰ ਨਹੀਂ ਹੋ ਸਕਣਗੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਜਦੋਂ ਅਸੀਂ ਯੂਨੀਵਰਸਿਟੀ ਸਕੂਲਸ ਦੇ ਵਿੱਚ ਦਾਖਲਾ ਲੈਣਾ ਹੁੰਦਾ ਹੈ ਤਾਂ ਉਸ ਵੇਲੇ ਸਾਨੂੰ ਜਾਤੀ ਦਾ ਸਰਟੀਫਿਕੇਟ ਪ੍ਰਮਾਣ ਪੱਤਰ ਹੋ ਗਿਆ ਜਨਮ ਸਰਟੀਫਿਕੇਟ ਨੂੰ ਲੈ ਕੇ ਕਈ ਅਹਿਮ ਚੀਜ਼ਾਂ ਨੇ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਤੇ ਬੱਚੇ ਜਿਹੜੇ ਹੈ ਕਈ ਵਾਰ ਖੱਜਲ ਖਵਾਰ ਹੋ ਜਾਂਦੇ ਨੇ ਮਾਪੇ ਜਿਹੜੇ ਅੱਜਕੱਲ ਵਰਕਿੰਗ ਹੁੰਦੇ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਦੇ ਨਾਲ ਹੀ ਜਿਹੜੇ ਬੱਚੇ ਨੇ ਸਕੂਲੀ ਵਿਦਿਆਰਥੀ ਉਹਨਾਂ ਨੂੰ ਵੀ ਇੰਨਾ ਕੁਝ ਨਹੀਂ ਜਾਣਕਾਰੀ ਪਤਾ ਹੁੰਦੀ ਕਿ ਸੁਵਿਧਾ ਕੇਂਦਰ ਜਾਣਾ ਹੈ ਤਹਿਸੀਲਾ ਦੇ ਵਿੱਚ ਜਾਣਾ ਹੈ ਜਾਂ ਫਿਰ ਪਟਵਾਰੀ ਕੋਲ ਜਾ ਕੇ ਪਟਵਾਰ ਖਾਨੇ ਦੇ ਵਿੱਚ ਕਿਹੜਾ ਸਰਟੀਫਿਕੇਟ ਬਣਾਣਾ ਹੈ ਤੇ ਹੁਣ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਲਈ ਇਹ ਵੱਡਾ ਫੈਸਲਾ ਲਿਆ ਹੈ ਇਸ ਸਬੰਧਲੇ ਦੇ ਵਿੱਚ ਹੁਣ ਜਿਹੜੇ ਆਮ ਲੋਕੀ ਖੱਜਲ ਖਵਾਰ ਨਹੀਂ ਹੋਣਗੇ ਜਨਮ ਸਰਟੀਫਿਕੇਟ ਤੋਂ ਲੈ ਕੇ ਜਾਤੀ ਸਰਟੀਫਿਕੇਟ ਸਿਹਤ ਤੱਕ 43 ਸਰਟੀਫਿਕੇਟ ਹੁਣ ਘਰ ਆ ਕੇ ਸਰਕਾਰੀ ਕਰਮਚਾਰੀ ਬਣਵਾ ਦੇਣਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਹੀ ਸੀਐਮਾਨ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਅਚਨਚਤ ਛਾਪੇਮਾਰੀ ਕੀਤੀ ਗਈ ਹੈ ਤੇ ਉਹਨਾਂ ਨੇ ਸੁਵਿਧਾ ਕੇਂਦਰ ਦੇ ਵਿੱਚ ਆਮ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਖਾਸ ਤੌਰ ਤੇ ਇਹ ਵੀ ਪੁੱਛਿਆ ਕਿ ਜਦੋਂ ਤੁਸੀਂ ਕੋਈ ਕੰਮਕਾਰ ਕਰਵਾਉਣ ਦੇ ਲਈ ਸੁਵਿਧਾ ਕੇਂਦਰ ਦੇ ਵਿੱਚ ਜਾਂ ਫਿਰ ਹੋਰ ਦਫ਼ਤਰਾਂ ਦੇ ਵਿੱਚ ਜਾਂਦੇ ਹੋ ਕਿਤੇ ਕੋਈ ਲੁੱਟ ਕਿ ਤੁਸੀਂ ਉੱਠਦਾ ਤੁਹਾਡੇ ਨਾਲ ਨਹੀਂ ਹੁੰਦੀ ਜਾਂ ਫਿਰ ਕੋਈ ਅਧਿਕਾਰੀ ਤੁਹਾਡੇ ਕੋਲ ਕੁਝ ਪੈਸੇ ਤਾਂ ਨਹੀਂ ਮੰਗਦਾ ਇਸ ਦੀ ਸ਼ਿਕਾਇਤ ਤੁਸੀਂ ਸਾਨੂੰ ਕਿਰਪਾ ਕਰਕੇ ਦੇ ਦਿਓ ਤਾਂ ਜੋ ਤੌਣੀ ਖੱਜਲ ਖਵਾਰੀ ਨਾ ਹੋ ਸਕੇ ਅਸੀਂ ਵਕਾਇਦਾ ਇਹਨਾਂ ਅਧਿਕਾਰੀਆਂ ਨੂੰ ਕੰਮ ਦੇ ਪੈਸੇ ਦਿੰਦੇ ਨੇ ਜੇਕਰ ਤੁਹਾਡੇ ਕੋਲ ਅਧਿਕਾਰੀ ਆ ਕੇ ਇਹ ਪੈਸੇ ਮੰਗਦੇ ਨੇ ਤਾਂ ਸਾਨੂੰ ਆ ਕੇ ਸ਼ਿਕਾਇਤ ਇਹਨਾਂ ਦੀ ਦਿਓ ਤੇ ਹੁਣ ਆਮ ਲੋਕਾਂ ਦੇ ਲਈ ਰਾਹਤ ਵਾਲੀ ਖਬਰ ਹੈ ਕਿ ਸੀਮਾਨ ਦੇ ਵੱਲੋਂ ਸਰਕਾਰ ਤੁਹਾਡੇ ਦਵਾਰ ਦੇ ਤਹਿਤ 10 ਦਸੰਬਰ ਬਰਤੋ ਇਸਕੀਮ ਦੀ ਸ਼ੁਰੂਆਤ ਹੋਣੀ ਹੈ ਇੱਕ ਫੋਨ ਦੇ ਜ਼ਰੀਏ ਤੁਸੀਂ ਆਪਣਾ स्लॉट ਬੁੱਕ ਕਰ ਸਕਦੇ ਹੋ ਐਸਐਮਐਸ ਦੇ ਰਾਹੀਂ ਤੁਹਾਨੂੰ ਜਾਣਕਾਰੀ ਮਿਲੇਗੀ ਤੇ ਨਾਲ ਹੀ ਹੁਣ ਤੁਸੀਂ ਜਿਹੜਾ ਹੈ ਇਹਨਾਂ ਸੁਵਿਧਾਵਾਂ ਦਾ ਫਾਇਦਾ ਚੁੱਕ ਸਕਦੇ ਹੋ ਲੰਬੇ ਸਮੇਂ ਤੋਂ ਕੁਝ ਲੋਕੀ ਜਿਹੜੇ ਨੇ ਚੱਕਰ ਕੱਟਦੇ ਨੇ ਤਹਿਸੀਲਾ ਦੇ ਦਫ਼ਤਰ ਸਰਕਾਰੀ ਦਫ਼ਤਰਾਂ ਦੇ ਪਟਵਾਰੀਆਂ ਦੇ ਜਾਂ ਫਿਰ ਜੋ ਸੁਵਿਧਾ ਕੇਂਦਰਾਂ ਦੇ ਹੁਣ ਤੁਹਾਡੇ ਘਰ ਆ ਕੇ ਹੀ ਸਰਕਾਰੀ ਜਿਹੜੇ ਅਧਿਕਾਰੀ ਨੇ ਉਹਨਾਂਸ ਫਾਰਮਸ ਨੂੰ ਫਿਲ ਕਰਨਗੇ ਜੜੀ ਵੀ ਵਕਾਇਦਾ ਪ੍ਰੋਪਰ ਪ੍ਰੋਸੀਜਰ ਹੋਵੇ ਉਸ ਨੂੰ ਵੀ ਅੰਜਾਮ ਦੇਣਗੇ ਯਾਨੀ ਕਿ ਹੁਣ ਤੁਹਾਡਾ ਕੰਮ ਸੋਖਾ ਹੋ ਜਾਵੇਗਾ ਇਸ ਤਰੀਕੇ ਦੀਆਂ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ